जहाँ बरकतें मिलती हैं, जहाँ बरकतें मिलती हैं, आओ खुदावंद के घर चले। जहाँ नेमतें मिलती हैं, जहाँ नेमतें मिलती हैं, आओ खुदावंद के घर चले, आओ खुदावन के घर चले। ਬੂਹਾ ਖੜਕਾਉਣਾ ਯੇਸੂ ਦੀਆਂ ਰਹਿਮਤਾਂ ਦਾ, ਬੂਹਾ ਖੜਕਾਉਣਾ ਆ ਯੇਸੂ ਦੀਆਂ ਰਹਿਮਤਾਂ ਦਾ, ਬੂਹਾ ਖੜਕਾਉਣਾ ਯੇਸੂ ਦੀਆਂ ਰਹਿਮਤਾਂ ਦਾ, ਬੂਹਾ ਖੜਕਾਉਣਾ ਤੇ ਮੈਨਾ, ਉਹਦੇ ਵਿੱਚ ਜੀਣਾ ਤੇ ਮੈਨਾ, ਤੇ ਸਵਰਗਾਂ ਨੂੰ ਜਾਣਾ ਏ ਯੇਸੂ ਦੀਆਂ ਰਹਿਮਤਾਂ ਦਾ, ਬੂਹਾ ਖੜਕਾਉਣਾ ਏ ਯੇਸੂ ਦੀਆਂ ਰਹਿਮਤਾਂ ਦਾ, ਬੂਹਾ ਖੜਕਾਉਣਾ ਬਦਲਾਂ ਦੇ ਉੱਤੇ ਮੇਰਾ ਯੇਸੂ ਰਾਜਾ ਆਵੇਗਾ, ਬਦਲਾਂ ਦੇ ਉੱਤੇ ਮੇਰਾ ਯੇਸੂ ਰਾਜਾ ਆਵੇਗਾ, ਪਾਕ ਕਲੀਸੀਆਂ ਨੂੰ ਨਾਲ ਲੈ ਜਾਵੇਗਾ, ਪਾਕ ਕਲੀਸੀਆਂ ਨੂੰ ਨਾਲ ਲੈ ਜਾਵੇਗਾ, ਪਾਕ ਕਲੀਸੀਆਂ ਨੂੰ ਨਾਲ ਲੈ ਜਾਵੇਗਾ, ਸੋਨੇ ਦੀਆਂ ਸੜਕਾਂ ਉੱਤੇ ਮੈਂ, ਸੋਨੇ ਦੀਆਂ ਸੜਕਾਂ ਉੱਤੇ ਯੇਸੂ ਯੇਸੂ ਗਾਉਣਾ ਏ ਯੇਸੂ ਦੀਆਂ ਰਹਿਮਤਾਂ ਦਾ, ਬੂਹਾ ਖੜਕਾਉਣਾ ਏ ਯੇਸੂ ਦੀਆਂ ਰਹਿਮਤਾਂ ਦਾ, ਬੂਹਾ ਖੜਕਾਉਣਾ ਏ, ਬੂਹਾ ਖੜਕਾਉਣਾ ਏ, ਬੂਹਾ ਖੜਕਾਉਣਾ। ਕੋਮੋ ਤੁਸੀਂ ਪ੍ਰਭੂ ਦੀ ਬਾਣੀ ਸੁਣੋ ਅਤੇ ਦੂਰ ਦੂਰ ਤੱਕ ਉਸਦਾ ਪ੍ਰਚਾਰ ਕਰੋ। ਡਰੋ ਨਹੀਂ, ਵੇਖੋ ਸਾਡਾ ਮੁਕਤੀਦਾਤਾ ਆ ਰਿਹਾ ਹੈ। ਯਰੇਮੀਆ ਨਬੀ ਦੀ ਪੋਥੀ 31 ਬਾਬ 10 ਐਤ, ਯਸ਼ਾਯਾਹ ਨਬੀ ਦੀ ਪੋਥੀ 35 ਬਾਬ 4 ਐਤ। ਕੋਮੋ
ਤੁਸੀਂ ਪ੍ਰਭੂ ਦੀ ਬਾਣੀ ਸੁਣੋ ਅਤੇ ਦੂਰ ਦੂਰ ਤੱਕ ਉਸਦਾ ਪ੍ਰਚਾਰ ਕਰੋ। ਡਰੋ ਨਹੀਂ, ਵੇਖੋ ਸਾਡਾ ਮੁਕਤੀਦਾਤਾ ਆ ਰਿਹਾ ਹੈ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯੇਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਕ ਤਸਰੀ ਖੁਦਾ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ, ਅੱਜ ਪਾਕ ਮਾਂ ਕੈਥਲਿਕ ਕਲੀਸੀਆ ਆਮਦ ਸਮੇਂ ਦੇ ਤੀਜੇ ਬੁੱਧਵਾਰ ਵਿੱਚ ਸਿਲੋਸ ਦੇ ਸੰਤ ਡੋਮਿਨਿਕ ਦੀ ਈਦ ਮਨਾਉਂਦੇ ਹਾਂ। ਆਓ ਅਸੀਂ ਇਸ ਪਾਕ ਕੁਰਬਾਨੀ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ, ਆਪਣੇ ਸਭੀ ਪ੍ਰਾਰਥਨਾਏ ਦੁਆਏ ਮਿਹਨਤ ਖੁਦਾ ਦੇ ਸਾਹਮਣੇ ਰੱਖੇ ਅਤੇ ਦੁਨੀਆ ਦੀ ਸ਼ਾਂਤੀ ਲਈ ਵੀ ਆਓ ਅਸੀਂ ਪ੍ਰਾਰਥਨਾ ਕਰੇ, ਦੁਆ ਕਰੇ। ਭਰਾਓ ਅਤੇ ਭੈਣੋ, ਇਹਨਾਂ ਪਵਿੱਤਰ ਬੇਦਾਂ ਨੂੰ ਯੋਗ ਢੰਗ ਨਾਲ ਮਨਾਉਣ ਲਈ ਆਓ ਅਸੀਂ ਆਪਣੇ ਗੁਨਾਹਾਂ ਨੂੰ ਕਬੂਲ ਕਰੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਕੀ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਮਸੀਹਾ ਦਇਆ ਕਰ, ਏ ਮਸੀਹਾ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਏ ਪ੍ਰਭੂ ਪੂਰੀ ਕੁਦਰਤ ਵਾਲੇ ਖੁਦਾ, ਬਖਸ਼ ਦੇ ਕਿ ਤੇਰੇ ਬੇਟੇ ਦਾ ਆਉਣ ਵਾਲਾ ਤਿਉਹਾਰ ਇਸ ਮੌਜੂਦਾ ਜੀਵਨ ਵਿੱਚ ਸਾਨੂੰ ਚੰਗਿਆਈ ਪ੍ਰਦਾਨ ਕਰੇ ਅਤੇ ਸਾਡੇ ਲਈ ਅਨੰਤ ਜੀਵਨ ਦਾ ਤੋਹਫ਼ਾ ਲੈ ਕੇ ਆਵੇ। ਸਾਡੇ ਪ੍ਰਭੂ ਯੇਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇਹ ਖੁਦਾ ਜੀਵਨ ਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪਹਿਲਾ ਪਾਠ ਯਸ਼ਾਇਆ ਨਬੀ ਦੀ ਪੁਸਤਕ ਵਿੱਚੋਂ ਉਸਦਾ 7 ਬਾਪ 10 ਤੋਂ 14 ਆਏ ਤੱਕ। ਫਿਰ ਯਹੋਵਾ ਯਹਾਜ ਨੂੰ ਹੋਰ ਇਹ ਬੋਲਿਆ ਕਿ ਯਹੋਵਾ ਆਪਣੇ ਪਰਮੇਸ਼ੁਰ ਤੋਂ ਕੋਈ ਨਿਸ਼ਾਨ ਮੰਗ, ਭਾਵੇਂ ਡੁੰਗਿਆਈ ਵਿੱਚ, ਭਾਵੇਂ ਉਤਾਹਾਂ ਉਚਾਈਆਂ ਵਿੱਚ ਮੰਗ। ਪਰ ਅਹਾਜ ਨੇ ਆਖਿਆ, ਮੈਂ ਨਹੀਂ ਮੰਗਾਂਗਾ ਅਤੇ ਮੈਂ ਯਹੋਵਾ ਨੂੰ ਨਹੀਂ ਪਰਤਾਵਾਂਗਾ। ਤਾਂ ਉਸ ਆਖਿਆ, ਹੇ ਦਾਊਦ ਦੇ ਘਰਾਨੇ ਸੁਣ,
ਭਲਾ ਇਹ ਤੁਹਾਡੇ ਲਈ ਛੋਟੀ ਗੱਲ ਹੈ ਕਿ ਮਨੁੱਖ ਨੂੰ ਖੇਚਲ ਦਿਓ? ਕੀ ਤੁਸੀਂ ਮੇਰੇ ਪਰਮੇਸ਼ਵਰ ਨੂੰ ਵੀ ਖੇਚਲ ਦਿਓਗੇ? ਇਸ ਲਈ ਪ੍ਰਭੂ ਆਪ ਤੁਹਾਨੂੰ ਇਹ ਨਿਸ਼ਾਨ ਦੇਵੇਗਾ। ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਨੇਗੀ ਅਤੇ ਉਸ ਦਾ ਨਾਮ ਇਮਾਨੁਅਲ ਰੱਖੇਗੀ। ਇਹ ਪ੍ਰਭੂ ਦੀ ਵਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਖੁਦਾਵੰਦ ਮੇਰੀ ਤੂੰ ਯੋ ਕਹਿ ਰਖਵਾਲੀ, ਐ ਖੁਦਾਵੰਦ ਮੇਰੀ ਤੂੰ ਯੋ ਕਹਿ ਰਖਵਾਲੀ, ਮੇਰਾ ਸਭ ਭਰੋਸਾ ਤੂੰ ਯੋ ਹੈ ਰੱਬ ਵਾਲੀ, ਸਭ ਭਰੋਸਾ ਤੂੰ ਯੋ ਹੈ ਰੱਬ ਵਾਲੀ, ਹੈ ਖੁਦਾਵੰਦ ਮੇਰੀ ਤੂੰ ਯੋ ਕਹਿ ਰਖਵਾਲੀ। ਹਲੇਲੂਇਆ ਸਤੁਤਿ ਗਾਏ ਹਮ, ਗਾਏ ਹਮ ਯੇਸੁ ਕੀ ਸਤੁਤਿ ਗਾਏ ਹਮ, ਗਾਏ ਹਮ ਹਲੇਲੂਇਆ ਸਤੁਤਿ ਗਾਏ ਹਮ, ਗਾਏ ਹਮ ਯੇਸੁ ਕੀ ਸਤੁਤਿ ਗਾਏ ਹਮ, ਗਾਏ ਹਮ ਹਲੇਲੂਇਆ 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 ਯੇਸੂ ਕੇ ਪਾਸ ਆਓ,
अपनाओ, यीशु के पास आओ और मुक्ति को अपनाओ। आशीष वो देगा, साथ अपने लेगा, कभी नहीं छोड़ेगा। आशीष वो देगा, साथ अपने लेगा, कभी नहीं छोड़ेगा। हालेलुया, स्तुति गाए हम, गाए हम यीशु की स्तुति, गाए हम, गाए हम। हालेलुया, 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 हालेलुया। प्रभु तुहाडे नाल होवे, अते तुहाडी रूह नाल भी होवे। पाठ पवित्र अंजील दा, संत लूका दे अनुसार। तेरी महिमा होवे ऐ मसीहा। एक बाप 26 तो 38 ऐत तक। यीशु दे जन्म बारे अगेत सूचना। 6वें महीने गब्रियेल फरिश्तिया खुदा वल्लो गलील दे नासरत नाम दे शहर विच एक वारी कोल कलिया गया सी, ਜਿਸ ਦੀ ਮੰਗਣੀ ਦਾਊਦ ਦੇ ਘਰਾਣੇ ਦੇ ਇੱਕ ਆਦਮੀ ਨਾਲ ਹੋਈ ਸੀ, ਜਿਸ ਦਾ ਨਾਮ ਯੂਸਫ ਸੀ ਅਤੇ ਉਸ ਕੁਆਰੀ ਦਾ ਨਾਮ ਮਰੀਮ ਸੀ। ਫਰਿਸ਼ਤੇ ਨੇ ਉਸ ਦੇ ਕੋਲ ਆ ਕੇ ਕਿਹਾ, ਸਲਾਮ ਫਜ਼ਲ ਨਾਲ ਭਰੀ ਹੋਈ, ਪ੍ਰਭੂ ਤੇਰੇ ਨਾਲ ਹੈ। ਇਹ ਕਹਿ ਗਈ ਗੱਲ ਸੁਣ ਕੇ ਮਰੀਮ ਬਹੁਤ ਹੀ ਘਬਰਾ ਗਈ ਅਤੇ ਆਪਣੇ ਮਨ ਵਿੱਚ ਸੋਚਣ ਲੱਗੀ ਕਿ ਇਹ ਕਿਸ ਤਰ੍ਹਾਂ ਦਾ ਸਲਾਮ ਹੋ ਸਕਦਾ ਹੈ। ਫਰਿਸ਼ਤੇ ਨੇ ਉਸ ਨੂੰ ਕਿਹਾ, ਮਰੀਮ ਡਰ ਨਾ, ਕਿਉਂਕਿ ਖੁਦਾ ਤੋਂ ਤੂੰ ਫਸਲ ਪਾਈਆ ਹੈ। ਵੇਖ, ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸਦਾ ਨਾਮ ਯੇਸੂ ਰੱਖੇਗੀ। ਉਹ ਮਹਾਨ ਹੋਵੇਗਾ ਅਤੇ ਸਰਵ ਉੱਚ ਖੁਦਾ ਦਾ ਪੁੱਤਰ ਅਖਵਾਏਗਾ ਅਤੇ ਪ੍ਰਭੂ ਖੁਦਾ ਉਸ ਨੂੰ ਉਸਦੇ ਬਾਪ ਦਾਊਦ ਦਾ ਤਖਤ ਦੇਵੇਗਾ ਅਤੇ ਉਹ ਯਾਕੂਬ ਦੇ ਘਰਾਣੇ ਉੱਤੇ ਸਦਾ ਲਈ ਰਾਜ ਕਰੇਗਾ ਅਤੇ ਉਸਦੇ ਰਾਜ ਦਾ ਕੋਈ ਅੰਤ ਨਹੀਂ ਹੋਵੇਗਾ। ਮਰੀਮ ਨੇ ਫਰਿਸ਼ਤੇ ਨੂੰ ਕਿਹਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਕਿਉਂਕਿ ਮੈਂ ਅਜੇ ਕੁਆਰੀ ਹਾਂ। ਫਰਿਸ਼ਤੇ ਨੇ ਉਸ ਨੂੰ ਕਿਹਾ, ਰੂਹ ਪਾਕ ਤੇਰੇ ਉੱਤੇ ਉਤਰੇਗਾ ਅਤੇ ਸਰਵ ਉੱਚ ਖੁਦਾ ਦੀ ਸ਼ਕਤੀ ਤੇਰੇ ਉੱਤੇ ਸਾਇਆ ਕਰੇਗੀ। ਫਰਿਸ਼ਤੇ ਨੇ ਉਸਨੂੰ ਕਿਹਾ, ਰੂਹ ਪਾਕ ਤੇਰੇ ਉੱਤੇ ਉਤਰੇਗਾ ਅਤੇ ਸਰਵ ਉੱਚ ਖੁਦਾ ਦੀ ਸ਼ਕਤੀ ਤੇਰੇ ਉੱਤੇ ਸਾਇਆ ਕਰੇਗੀ। ਇਸ ਲਈ ਜੋ ਬੱਚਾ ਪੈਦਾ ਹੋਵੇਗਾ ਉਹ ਪਵਿੱਤਰ ਹੋਵੇਗਾ ਅਤੇ ਖੁਦਾ ਦਾ ਪੁੱਤਰ ਅਖਵਾਏਗਾ। ਵੇਖ, ਤੇਰੀ ਰਿਸ਼ਤੇਦਾਰ ਐਲੀਸਬਤ ਵੀ ਗਰਭਵਤੀ ਹੈ ਅਤੇ ਉਸਨੂੰ ਆਪਣੇ ਬੁਢਾਪੇ ਵਿੱਚ ਪੁੱਤਰ ਹੋਣ ਵਾਲਾ ਹੈ। ਇਹ ਉਸਦਾ 6ਵਾਂ ਮਹੀਨਾ ਹੈ ਜੋ ਬਾਂਝ ਆਖੀ ਜਾਂਦੀ ਸੀ, ਕਿਉਂਕਿ ਖੁਦਾ ਦੇ ਲਈ ਕੁਛ ਵੀ ਅਣਹੋਣਾ ਨਹੀਂ ਹੈ। ਮਰੀਮ ਨੇ ਕਿਹਾ, ਵੇਖ, ਮੈਂ ਪ੍ਰਭੂ ਦੀ ਦਾਸੀ ਹਾਂ, ਤੇਰੇ ਵਚਨ ਦੇ ਮੁਤਾਬਿਕ ਮੇਰੇ ਨਾਲ ਹੋਵੇ। ਤਦ ਫਰਿਸ਼ਤਾ ਉਸ ਕੋਲੋਂ ਚਲਾ ਗਿਆ।
ਇਹ ਖੁਦਾ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪਾਕ ਤਸਲੀਸ ਖੁਦਾ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ, ਅੱਜ ਪਾਕਮਾ ਕੈਥਲਿਕ ਕਲੀਸਿਆ ਆਮਦ ਸਮੇਂ ਦੇ ਤੀਜੇ ਬੁੱਧਵਾਰ ਵਿੱਚ ਸੀਲੋਸ ਦੇ ਸੰਤ ਡੋਮਿਨਿਕ, ਜੋ ਇੱਕ ਸਾਧੂ ਸੀ, ਉਹਨਾਂ ਦੀ ਈਦ ਮਨਾਉਂਦੇ ਹਾਂ। ਸੀਲੋਸ ਦੇ ਸੰਤ ਡੋਮਿਨਿਕ ਇੱਕ ਆਜੜੀ ਪਰਿਵਾਰ ਵਿੱਚੋਂ ਸੀ ਅਤੇ ਬਾਅਦ ਵਿੱਚ ਇੱਕ ਬੈਨੇਡਿਕਟਾਈਨ ਸਾਧੂ ਬਣ ਗਿਆ ਸੀ। ਛੇਤੀ ਹੀ ਉਹ ਇੱਕ ਵੱਡਾ ਸਾਧੂ ਬਣ ਗਿਆ ਅਤੇ ਸਾਧੂ ਜੋ ਅਤੇ ਨਾਲ ਵਾਲੇ ਸੀ ਉਹਨਾਂ ਦੇ ਤੇ ਸੜਨ ਤੇ ਈਰਖਾ ਕਰਨ ਲੱਗ ਪਏ। ਇਸ ਕਰਕੇ ਸਾਧੂਆਂ ਨੇ ਆਪਣੀ ਮੰਡਲੀ ਵਿੱਚੋਂ ਉਹਨਾਂ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ, ਜਿਸ ਦੇ ਕਾਰਨ ਉਹ ਰਾਜਾ ਫਰਡਨਾਨ ਪਹਿਲਾ ਦੇ ਕੋਲ ਉਹਨੂੰ ਸਹਾਇਤਾ ਮਿਲੀ ਅਤੇ ਉਹ ਸੀਲੋਸ ਵਿੱਚ ਇੱਕ ਦੂਜੇ ਮੱਠ ਦਾ ਮੁਖੀ ਸਾਧੂ ਬਣ ਗਿਆ। ਉਸ ਮੱਠ ਦਾ ਨਾਮ ਸੰਤ ਡੋਮਿਨਿਕਸ ਰੱਖਾ ਗਿਆ। ਉਹਦੀ ਰਹਿਨੁਮਾਈ ਵਿੱਚ ਜੋ ਮੱਠ ਖਤਮ ਹੋਣ ਵਾਲਾ ਸੀ, ਉਹ ਈਸਾਈ ਸਾਧੂ ਮੁਨੀਆ ਦਾ ਕਲਾਕਾਰੀ ਕੇਂਦਰ, ਉੱਚ ਸਿੱਖਿਆ ਕੇਂਦਰ ਅਤੇ ਚੰਗੇ ਕੰਮ ਜ਼ਰੀਏ ਗਰੀਬਾਂ ਦੀ ਸੇਵਾ ਅਤੇ ਸਹਾਇਤਾ ਹੋਣ ਲੱਗੀ। ਅੱਜ ਦਾ ਪਹਿਲਾ ਪਾਠ ਇਜ਼ਯਾ ਨਬੀ ਦੀ ਪੋਥੀ ਸਤਬਾਬ 10-14 ਐਤ ਵਿੱਚ ਹੈ। ਇਹ ਲਿਖਿਆ ਗਿਆ ਹੈ ਕਿ ਇਜ਼ਯਾ ਨਬੀ ਦੇ ਰਾਹੀ ਪ੍ਰਭੂ ਨੇ ਰਾਜਾ ਆਹਾਜ਼ ਨੂੰ ਕਿਹਾ ਕਿ ਹੇ ਦਾਊਦ ਦੇ ਵੰਸ਼, ਤੂੰ ਖੁਦਾ ਤੋਂ ਕੋਈ ਵੀ ਚਿੰਨ ਨਹੀਂ ਮੰਗ ਕਰ। ਤਾਂ ਰਾਜਾ ਆਹਾਜ਼ ਨੇ ਕਿਹਾ, ਮੈਂ ਖੁਦਾ ਨੂੰ ਤੰਗ ਨਹੀਂ ਕਰਨਾ ਚਾਹੁੰਦਾ। ਪਰ ਇਜ਼ਯਾਸ ਨੇ ਕਿਹਾ, ਤੁਸੀਂ ਆਦਮੀਆਂ ਨੂੰ ਤੋਂ ਤੰਗ ਕਰਦੇ ਹੋ, ਪਰ ਤੁਸੀਂ ਖੁਦਾ ਦੇ ਅੱਗੇ ਦੁਆ ਕਰਨ ਨੂੰ ਵੀ ਤੰਗ ਕਰਨਾ ਸਮਝਦੇ ਹੋ। ਮੈਂ ਖੁਦਾ ਨੂੰ ਤੰਗ ਨਹੀਂ ਕਰਨਾ ਚਾਹੁੰਦਾ, ਪਰ ਇਜ਼ਯਾ ਨੇ ਕਿਹਾ, ਤੁਸੀਂ ਆਦਮੀਆਂ ਨੂੰ ਤੰਗ ਕਰਦੇ ਹੋ, ਪਰ ਤੁਸੀਂ ਖੁਦਾ ਦੇ ਅੱਗੇ ਦੁਆ ਕਰਨ ਨੂੰ ਵੀ ਤੰਗ ਕਰਨਾ ਸਮਝਦੇ ਹੋ। ਪਰ ਆਪ ਖੁਦਾ ਤੁਹਾਨੂੰ ਚਿੰਨ ਦੇਵੇਗਾ ਕਿ ਇੱਕ ਕੁਆਰੀ ਔਰਤ ਗਰਭਵਤੀ ਹੋਵੇਗੀ, ਉਹ ਪੁੱਤਰ ਨੂੰ ਜਨਮ ਦੇਵੇਗੀ, ਉਸਦਾ ਨਾਮ ਇਮਾਨੁਏਲ ਰੱਖੇਗੀ। ਅਸੀਂ ਆਪਣੇ ਜੀਵਨ ਵਿੱਚ ਕਈ ਵਾਰ ਖੁਦਾ ਦੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰਨਾ ਖੁਦਾ ਚਾਹੁੰਦਾ ਹੈ, ਕਿਉਂਕਿ ਖੁਦਾ ਪਿਆਰ ਹੈ ਅਤੇ ਉਹਨਾਂ ਦੇ ਲਈ ਕੁਛ ਵੀ ਤੰਗ ਕਰਨੇ ਕੇ ਬਰਾਬਰ ਨਹੀਂ ਹੈ। ਤੋ ਇਸ ਲਈ ਖੁਦਾ ਕੇ ਸਾਥ ਰਹਿਣਾ, ਖੁਦਾ ਮੇ ਰਹਿਣਾ, ਖੁਦਾ ਕੋ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ। ਇਸ ਦੀ ਪੂਰਨਤਾ ਜੋ ਹੈ ਅੱਜ ਦੇ ਪਾਠ, ਜੋ ਕਿ ਅੰਜੀਲ ਦੇ ਸੰਤ ਲੂਕਾ 1:26-38 ਵਿੱਚ ਪੜ੍ਹਦੇ ਹਾਂ ਕਿ ਸਵਰਗਦੂਤ ਜਬਰਾਇਲ ਨੇ ਦੱਸਿਆ, ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ, ਤੂੰ ਉਸਦਾ ਨਾਮ ਯੇਸੂ ਰੱਖਣਾ। ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ, ਤੂੰ ਉਸਦਾ ਨਾਮ ਯੇਸੂ ਰੱਖਣਾ। ਉਹ ਮਹਾਨ ਹੋਵੇਗਾ, ਉਹ ਪਰਮੇਸ਼ਵਰ ਦਾ ਪੁੱਤਰ ਰਖਵਾਏਗਾ, ਪ੍ਰਭੂ ਪਰਮੇਸ਼ਵਰ ਉਸਦੇ ਪੁਰਖੇ ਦਾਊਦ ਦੀ ਰਾਜਗੱਦੀ ਉਸਨੂੰ ਦੇਵੇਗਾ, ਉਹ ਸਦਾ ਤੀਕਰ ਯਾਕੂਬ ਦੇ ਟੱਬਰ ਉੱਤੇ ਰਾਜ ਕਰੇਗਾ।
ਉਸਦੇ ਰਾਜ ਦਾ ਅੰਤ ਨਹੀਂ ਹੋਵੇਗਾ। ਸਵਰਗਦੂਤ ਦੱਸਦਾ ਹੈ ਕਿ ਪਵਿੱਤਰ ਆਤਮਾ ਤੇਰੇ ਉੱਤੇ ਉਤਰੇਗੀ ਅਤੇ ਪਰਮੇਸ਼ਵਰ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਜੋ ਪਵਿੱਤਰ ਬਾਲਕ ਤੇਰੇ ਤੋਂ ਪੈਦਾ ਹੋਵੇਗਾ ਪਰਮੇਸ਼ਵਰ ਦਾ ਪੁੱਤਰ ਅਖਵਾਏਗਾ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਪਵਿੱਤਰ ਆਤਮਾ ਤੇਰੇ ਉੱਤੇ ਉਤਰੇਗੀ ਅਤੇ ਪਰਮੇਸ਼ਵਰ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਜੋ ਪਵਿੱਤਰ ਬਾਲਕ ਤੇਰੇ ਤੋਂ ਪੈਦਾ ਹੋਵੇਗਾ ਪਰਮੇਸ਼ਵਰ ਦਾ ਪੁੱਤਰ ਅਖਵਾਏਗਾ। ਅੱਗੇ ਅਸੀਂ ਵੇਖਦੇ ਹਾਂ ਅਤੇ ਅੱਜ ਦੀ ਅੰਜੀਲ ਦਾ ਸੰਦੇਸ਼ ਇਹ ਹੈ, ਖੁਦਾ ਦੇ ਲਈ ਕੁਛ ਵੀ ਅਸੰਭਵ ਨਹੀਂ ਹੈ, ਖੁਦਾ ਦੇ ਲਈ ਕੁਛ ਵੀ ਅਸੰਭਵ ਨਹੀਂ ਹੈ। ਆਓ ਅਸੀਂ ਵੀ ਮਾਂ ਮਰੀਅਮ ਦੀ ਤਰ੍ਹਾਂ ਖੁਦਾ ਪੇ ਭਰੋਸਾ ਰੱਖੀਏ, ਮਾਂ ਮਰੀਅਮ ਦੀ ਤਰ੍ਹਾਂ ਖੁਦਾ ਪੇ ਭਰੋਸਾ ਰੱਖੀ। ਜਿਸ ਤਰ੍ਹਾਂ ਮਰੀਅਮ ਨੇ ਕਿਹਾ ਮੈਂ ਖੁਦਾ ਦੀ ਦਾਸੀ ਹਾਂ, ਜਿਸ ਤਰ੍ਹਾਂ ਤੁਸਾਂ ਨੇ ਕਿਹਾ ਉਸੀ ਤਰ੍ਹਾਂ ਮੇਰੇ ਨਾਲ ਹੋਵੇ। ਔਰ ਇਸੀ ਵਿਸ਼ਵਾਸ ਦੇ ਨਾਲ ਅਸੀਂ ਵੀ ਖੁਦਾ ਪਰ ਭਰੋਸਾ ਰੱਖਦੇ ਹੋਏ ਖੁਦਾ ਕੀ ਤਰ੍ਹਾਂ ਇਸ ਸੰਸਾਰ ਵਿੱਚ ਖੁਦਾ ਕੋ ਦਿਲ ਮੇ ਆਤਮਾ ਮੇ ਈਮਾਨ ਦੇ ਨਾਲ ਵਿਸ਼ਵਾਸ ਦੇ ਨਾਲ ਰੱਖਦੇ ਹੋਏ ਖੁਦਾ ਕੀ ਮਹਿਮਾ ਸਤੁਤੀ ਅਤੇ ਆਰਾਧਨਾ ਹਮੇਸ਼ਾ ਕਰਦੇ ਰਹੇ। ਖੁਦਾ ਕੇ ਲਈ ਕੁਛ ਵੀ ਨਾਮੁਮਕਿਨ ਨਹੀਂ ਹੈ। ਆਓ ਅਸੀਂ ਇਸ ਪਾਕ ਯੁਕਰਿਸਤ ਵਿੱਚ ਭਾਗ ਲੈਂਦੇ ਹੋਏ ਖੁਦਾ ਕੋ ਸਵੀਕਾਰ ਕਰਦੇ ਹੋਏ ਖੁਦਾ ਕੇ ਵਚਨ ਕੋ ਆਪਣੇ ਦਿਲ ਵਿੱਚ ਈਮਾਨ ਵਿੱਚ ਆਤਮਾ ਵਿੱਚ ਰੱਖਦੇ ਹੋਏ ਖੁਦਾ ਕੋ ਮਹਿਸੂਸ ਕਰੇ ਅਤੇ ਖੁਦਾ ਕੋ ਪਾਕ ਤਸਲੀਸ ਖੁਦਾ ਕੋ ਪਾਕ ਯੁਕਰਿਸਤ ਵਿੱਚ ਖੁਦਾ ਪੁੱਤਰ ਯੇਸੂ ਮਸੀਹ ਦੇ ਪਵਿੱਤਰ ਸਰੀਰ ਅਤੇ ਪਵਿੱਤਰ ਲਹੂ ਦੇ ਜ਼ਰੀਏ ਜਿਨ੍ਹਾਂ ਦੇ ਦਿਲ ਵਿੱਚ ਖੁਦਾ ਬਾਪ ਹੈ ਅਤੇ ਉਹਨਾਂ ਦਾ ਪਿਆਰ ਅਸੀਂ ਮਹਿਸੂਸ ਕਰਦੇ ਹਾਂ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਰੋਟੀ ਅਤੇ ਦਾਖਰਸ ਖੁਦਾ ਪੁੱਤਰ ਯੇਸੂ ਮਸੀਹ ਦਾ ਪਵਿੱਤਰ ਸਰੀਰ ਅਤੇ ਪਵਿੱਤਰ ਲਹੂ ਪਾਕ ਖਿਦਮਤ ਕੇ ਜ਼ਰੀਏ ਜਬ ਅਸੀਂ ਪੁਰੋਹਿਤ ਹੱਥ ਰੱਖ ਕਰ ਰੋਟੀ ਔਰ ਦਾਖਰਸ ਵਿੱਚ ਜਬ ਪ੍ਰਾਰਥਨਾ ਕਰਦੇ ਹਾਂ ਯੂਕ੍ਰਿਸਟਿਕ ਪ੍ਰਾਰਥਨਾ ਵਿੱਚ ਉਸੀ ਸਮੇਂ ਪਵਿੱਤਰ ਆਤਮਾ ਉਤਰਦਾ ਹੈ ਅਤੇ ਅਸੀਂ ਜੋ ਹੈ ਪਾਕ ਤਸਲੀਸ ਖੁਦਾ ਕੋ ਸਵੀਕਾਰ ਕਰਦੇ ਹਾਂ। ਆਓ ਅਸੀਂ ਆਪਣੇ ਆਪ ਨੂੰ ਤਿਆਰ ਕਰੇ, ਆਪਣੇ ਆਪ ਕੋ ਖੁਦਾ ਦੇ ਸਾਹਮਣੇ ਸਮਰਪਿਤ ਕਰੇ ਅਤੇ ਹਰੇਕ ਪ੍ਰਾਰਥਨਾ ਵਿੱਚ ਸ਼ਬਦ ਵਿੱਚ ਖੁਦਾ ਕੋ ਮਹਿਸੂਸ ਕਰੇ ਅਤੇ ਸੰਸਾਰ ਵਿੱਚ ਅਤੇ ਸੁਰਗ ਵਿੱਚ ਖੁਦਾ ਕੀ ਮਹਿਮਾ ਸਤੁਤੀ ਅਤੇ ਆਰਾਧਨਾ ਆਪਣੇ ਲਈ ਅਤੇ ਸਾਰੇ ਸੰਸਾਰ ਦੇ ਲਈ ਅਨੰਤ ਜੀਵਨ ਲੇਕਰ ਆ ਪਾਏ। ਤਨ ਮਨ ਤੇ ਤਨ ਸਭ ਹੈ ਤੇਰਾ, ਕਰੋ ਕਬੂਲ ਚੜਾਵ ਮੇਰਾ। ਤਨ ਮਨ ਤੇ ਤਨ ਸਭ ਹੈ ਤੇਰਾ, ਕਰੋ ਕਬੂਲ ਚੜਾਵ ਮੇਰਾ। ਜੋ ਕੁਛ ਮੇਰਾ ਸਭ ਹੈ ਤੇਰਾ, ਕਰੋ ਕਬੂਲ ਚੜਾਵ ਮੇਰਾ। ਜੋ ਕੁਛ ਮੇਰਾ ਸਭ ਹੈ ਤੇਰਾ, ਕਰੋ ਕਬੂਲ ਚੜਾਵ ਮੇਰਾ। ਥੈਂਕ ਯੂ।
ਨੇਕੀ ਦੇ ਨਾਲ ਮੈਂ ਤੇਰੇ ਕੋਲ ਆਵਾਂ, ਰੋਟੀ ਤੇ ਦਾਖਨਸ ਤੈਨੂੰ ਮੈਂ ਚੜਾਵਾਂ, ਨੇਕੀ ਦੇ ਨਾਲ ਮੈਂ ਤੇਰੇ ਕੋਲ ਆਵਾਂ, ਰੋਟੀ ਤੇ ਦਾਖਨਸ ਤੈਨੂੰ ਮੈਂ ਚੜਾਵਾਂ। ਮਾਲਿਕ ਮੇਰਾ ਖਾਲੀ ਤੂੰ ਮੇਰਾ, ਮੇਰੇ ਲਈ ਬਸ ਕੁਛ ਬਸ ਤੇਰੀ ਹੈ ਸ਼ਾਨ, ਤਨ ਮਨ ਤੇ ਤਨ ਸਭ ਹੈ ਤੇਰਾ, ਕਰੋ ਕਬੂਲ ਚੜਾਵਾ ਮੇਰਾ, ਜੋ ਕੁਛ ਹੈ ਮੇਰਾ ਸਭ ਹੈ ਤੇਰਾ, ਕਰੋ ਕਬੂਲ ਚੜਾਵਾ ਮੇਰਾ, ਕਰੋ ਕਬੂਲ ਚੜਾਵਾ ਮੇਰਾ, ਕਰੋ ਕਬੂਲ ਚੜਾਵਾ ਮੇਰਾ। ਭਰਾਓ ਅਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ, ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤ ਵੜੇ ਲਈ, ਨਾਲੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਰੇ ਲਈ ਕਬੂਲ ਕਰੇ। ਇਹ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਬੰਦਗੀ ਦੀ ਇਹ ਕੁਰਬਾਨੀ ਤੈਨੂੰ ਲਗਾਤਾਰ ਚੜਾਈ ਜਾਵੇ, ਤਾਂ ਜੋ ਇਲਾਹੀ ਭੇਦ ਵਿੱਚ ਸ਼ੁਰੂ ਹੋਇਆ ਕੰਮ ਮੁਕੰਮਲ ਹੋ ਜਾਵੇ ਅਤੇ ਸਾਡੇ ਲਈ ਤੇਰੇ ਨਜਾਤ ਬਖਸ਼ਣ ਵਾਲੇ ਕੰਮ ਨੂੰ ਸ਼ਕਤੀਸ਼ਾਲੀ ਢੰਗ ਨਾਲ ਪੂਰਾ ਕਰੇ, ਸਾਡੇ ਪ੍ਰਭੂ ਯੇਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਪਣੇ ਦਿਲ ਪ੍ਰਭੂ ਵੱਲ ਲਗਾਓ, ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ, ਇਹ ਸਹੀ ਅਤੇ ਯੋਗ ਹੈ। ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਅਰਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀ। ਅੱਜ ਦਿਨ ਤੂੰ ਕਲੀਸਿਆ ਨੂੰ ਸਿਲੋਸ ਦੇ ਸੰਤ ਡੋਮਿਨਿਕ ਦੀ ਯਾਦ ਵਿੱਚ ਖੁਸ਼ੀ ਦਿੰਦਾ ਹੈ। ਉਸਦੇ ਨੇਕ ਅਤੇ ਪਵਿੱਤਰ ਜੀਵਨ ਰਾਹੀਂ ਤੂੰ ਸਾਨੂੰ ਪ੍ਰੇਰਣਾ ਦਿੰਦਾ ਹੈ ਅਤੇ ਉਸਦੇ ਪ੍ਰਚਾਰ ਰਾਹੀਂ ਸਾਨੂੰ ਸਿੱਖਿਆ ਦਿੰਦਾ ਹੈ। ਉਸਦੀ ਪ੍ਰਾਰਥਨਾ ਦੇ ਜਵਾਬ ਵਜੋਂ ਤੂੰ ਸਾਡੀ ਮਦਦ ਅਤੇ ਰਖਵਾਲੀ ਕਰਦਾ ਹੈ। ਇਸ ਲਈ ਅਸੀਂ ਸੁਰਗ ਦੇ ਫਰਿਸ਼ਤੇ ਅਤੇ ਸੰਤਾਂ ਦੇ ਡਾਲਿਆਂ ਦੇ ਨਾਲ ਰਲ ਕੇ ਤੇਰੀ ਸ਼ਾਨ ਦਾ ਗੀਤ ਗਾਉਂਦੇ ਹੋਏ ਇਹ ਪੁਕਾਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ, ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ, ਉਚਾਈਆਂ ਵਿੱਚ ਹੋਸਨਾ। ਇਹ ਪ੍ਰਭੂ ਤੂੰ ਸੱਚਮੁੱਚ ਪਾਕ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ, ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਧਰੇਲ ਪੈਂਦੀ ਹੈ ਉਸੀ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆ ਲਈ ਸੌਂਪਦੇ ਹੋਏ ਰੋਟੀ ਲਈ ਖੁਦਾ ਬਾਪ ਨੂੰ ਧੰਨਵਾਦ ਕਰ ਦਿਆ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ।
ਇਸੀ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਖੁਦਾ ਬਾਪ ਨੂੰ ਧੰਨਵਾਦ ਕਰ ਦਿਆ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਵੇ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ, ਮੇਰੀ ਯਾਦ ਵਿੱਚ ਇਹ ਕਿਰਿਆ ਕਰੋ। ਇਮਾਨ ਦਾ ਭੇਦ, ਐ ਪ੍ਰਭੂ ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫੇਰ ਆਵੇਂਗਾ। ਇਹ ਪ੍ਰਭੂ ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜ੍ਹਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ, ਅਸੀਂ ਤੇਰੀ ਹਜ਼ੂਰੀ ਵਿੱਚ ਦਾਖਿਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਅਲੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਇਹ ਪ੍ਰਭੂ ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ ਨੂੰ, ਇਸ ਡਾਇਜ਼ ਦੇ ਸਰਸੰਚਾਲਕ ਬਿਸ਼ਪ ਐਗਨਰ ਰੂਫੀਨੋ ਗ੍ਰੇਸ਼ੀਅਸ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਆਓ ਅਸੀਂ ਇਸ ਪਾਕ ਯੂਕਰਿਸਟ ਵਿੱਚ ਆਪਣੀ ਨਿੱਜੀ ਜ਼ਰੂਰਤਾਂ ਦੇ ਸਾਥ ਸਾਥ ਇਸ ਦੁਨੀਆਂ ਦੀ ਸ਼ਾਂਤੀ ਲਈ ਵੀ ਅਸੀਂ ਪ੍ਰਾਰਥਨਾ ਕਰੀਏ, ਦੁਆ ਕਰੀਏ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ, ਇਹਨਾਂ ਦਾ ਤੂੰ ਆਪਣੇ ਜ਼ਰੂਰੀ ਚਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਤਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ ਉਸ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤਨ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀ ਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ, ਆਮੀਨ। ਸਾਡੇ ਮੁਕਤੀਦਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਉਸਦੀ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਲੇਰੀ ਕਰਦੇ ਹਾਂ, ਇਹ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ, ਸਾਡੇ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮੈਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ
ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹੀਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਿਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜੀਵ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯੇਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਇਹ ਪ੍ਰਭੂ ਯੇਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖੀ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੇ ਕਲੀਸੀਆ ਦੇ ਈਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵੰਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਤਨ ਹਨ ਉਹ ਜੀੜੇ ਬੋਝ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਸ਼ਬਦ ਆਗ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਖੁਦਾਗੀ ਪਿਆਸੀ ਹੈ ਮੇਰੀ ਰੂਹ, ਰਾਤੋਂ ਦਿਨ ਨਾਸੂ ਬਹਿਤੇ ਹੈ, ਦੁਨੀਆ ਵਾਲੇ ਸਭ ਕਹਿਤੇ ਹੈ ਕੌਣ ਕਹਾਂ ਹੈ ਤੇਰਾ ਖੁਦਾ। ਰਾਤੋਂ ਦਿਨ ਨਾਸੂ ਬਹਿਤੇ ਹੈ, ਦੁਨੀਆ ਵਾਲੇ ਯੇ ਕਹਿਤੇ ਹੈ ਕੌਣ ਭਲਾ ਹੈ ਤੇਰਾ ਖੁਦਾ। ਕਬ ਹੋਗਾ ਮਿਲਣਾ
रूबरू मेरी रूह, मेरी रूह खुदा की प्यासी है, मेरी रूह खुदा की प्यासी है, मेरी रूह, मेरी रूह खुदा की प्यासी है, मेरी रूह खुदा की प्यासी है, मेरी रूह खुदा की प्यासी है, मेरी रूह खुदा की प्यासी है। देखो प्रभु अपनी शक्ति नाल आवेगा ਅਤੇ ਆਪਣੇ ਸੇਵਕਾਂ ਦੀਆਂ ਅੱਖਾਂ ਨੂੰ ਰੋਸ਼ਨ ਕਰੇਗਾ। ਯਸ਼ਾਇਆ ਨਬੀ ਦੀ ਪੋਥੀ 40 ਬਾਬ 10 ਐਤ। ਵੇਖੋ ਪ੍ਰਭੂ ਆਪਣੀ ਸ਼ਕਤੀ ਨਾਲ ਆਵੇਗਾ ਅਤੇ ਆਪਣੇ ਸੇਵਕਾਂ ਦੀਆਂ ਅੱਖਾਂ ਨੂੰ ਰੋਸ਼ਨ ਕਰੇਗਾ। ਅਸੀਂ ਪ੍ਰਾਰਥਨਾ ਕਰੀਏ। ਇਹ ਪ੍ਰਭੂ ਅਸੀਂ ਤੇਰੀ ਦਇਆ ਦੀ ਮਿੰਨਤ ਕਰਦੇ ਹਾਂ ਕਿ ਇਹ ਇਲਾਹੀ ਖੁਰਾਕ ਸਾਨੂੰ ਸਾਡੀਆਂ ਗਲਤੀਆਂ ਤੋਂ ਸ਼ੁੱਧ ਕਰਕੇ ਆਉਣ ਵਾਲੀਆਂ ਈਦਾਂ ਲਈ ਤਿਆਰ ਕਰੇ, ਸਾਡੇ ਪ੍ਰਭੂ ਯੇਸੂ ਮਸੀਹ ਦੇ ਰਾਹੀ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ ਆਮੀਨ। ਪਾਕ ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਆਇ ਨਹਾਇਤ ਮਿਹਰਬਾਨ ਕੁਆਰੀ ਮਰੀਮ, ਪਈ ਕਦੀ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਕਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਤਸੱਲੀ ਨਾਲ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇਤਰੀ ਹੋਈ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾਂ ਨੂੰ ਹਕੀਨ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਜੀਣਾ ਮੇਰੇ ਲਈ ਮਸੀਹ, ਮਰਨਾ ਲਾਭ ਹੈ। ਜੀਣਾ ਮੇਰੇ ਲਈ ਮਸੀਹ, ਮਰਨਾ ਲਾਭ ਹੈ। ਭਾਵੇਂ ਪਰੇਸ਼ਾਨੀਆਂ ਦਾ, ਭਾਵੇਂ ਪਰੇਸ਼ਾਨੀਆਂ ਦਾ ਲਾਭ ਹੈ। ਜੀਣਾ ਮੇਰੇ ਲਈ ਮਸੀਹ, ਮਰਨਾ ਲਾਭ ਹੈ। ਜੀਣਾ ਮੇਰੇ ਲਈ ਮਸੀਹ, ਮਰਨਾ ਲਾਭ ਹੈ।
ਆਪਣੀ ਬੁਲਾਹਟ ਦੀ ਮੈਨੂੰ ਪਹਿਚਾਨ ਹੁਣ ਆ ਗਈ ਹੈ। ਹਾਂ ਆਪਣੀ ਬੁਲਾਹਟ ਦੀ ਮੈਨੂੰ ਪਹਿਚਾਨ ਹੁਣ ਆ ਗਈ ਹੈ। ਆਪਣੀ ਬੁਲਾਹਟ ਦੀ ਮੈਨੂੰ ਮਰਨਾ ਲਾਭ ਹੈ ਮਰਨਾ।